ਬੈਕਵਰਡ ਕਲਾਸਿਸ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਧਰਮ ਸਿੰਘ ਸੈਣੀ ਨੇ ਮੋਹਾਲੀ ਜੰਕਸ਼ਨ ਹੋਟਲ ਸਨੀ ਇਨਕਲੇਵ ਵਿਖੇ ਪੱਤਰਕਾਰ ਵਾਰਤਾ ਕੀਤੀ ਗਈ। ਪੰਜਾਬ ਵਿੱਚ ਬੈਕਵਰਡ ਕਲਾਸਿਸ ਨਾਲ ਸੰਬੰਧਿਤ ਲੋਕਾਂ ਦੀ ਆਬਾਦੀ ਭਾਵੇਂ 40% ਤੋਂ ਘੱਟ ਹੈ, ਪਰ ਫਿਰ ਵੀ ਪੰਜਾਬ ਦੀ ਕਿਸੇ ਸਰਕਾਰ ਨੇ ਉਕਤ ਵਰਗ ਦੀ ਸਾਰ ਨਹੀਂ ਲਈ ਅਤੇ ਰਾਜਨੀਤਿਕ ਪਾਰਟੀਆਂ ਨੇ ਵੀ ਉਕਤ ਵਰਗ ਨੂੰ ਕੋਈ ਖਾਸ ਮਹੱਤਤਾ ਨਹੀਂ ਦਿੱਤੀ। ਕਹਿਣਾ ਚਾਹੁੰਦਾ ਕਿ ਸਰਕਾਰ ਨੇ ਪਾਲਿਸੀ ਬਣਾਈ ਹੈ 12% ਰਿਜ਼ਰਵੇਸ਼ਨ ਦੀ, ਪਰ ਉਹ ਜਿਹੜੀ ਸਹੀ ਤਰੀਕੇ ਨਾਲ ਅਫਸਰਸ਼ਾਹੀ ਨੂੰ ਲਾਗੂ ਨਹੀਂ ਕਰ ਰਹੀ ਹੈਗੀ। ਅਫਸਰਸ਼ਾਹੀ ਸਰਕਾਰ ਨੂੰ ਗੁੰਮਰਾਹ ਕਰਕੇ ਦੂਜੇ ਸਾਡੀ ਪੋਸਟਾਂ 'ਤੇ ਦੂਜੀ ਬਰਾਦਰੀ ਦੇ ਬੱਚੇ ਜਿਹੜੇ ਜਨਰਲ ਵਰਗ ਦੇ ਬੱਚੇ ਭਰੀ ਜਾਂਦੇ ਆ ਅਤੇ ਸਾਡੀ ਬਰਾਦਰੀ ਦਾ ਸਹੀ ਲਾਭ ਨਹੀਂ ਮਿਲਿਆ। ਅਸੀਂ ਸਰਕਾਰ ਦੇ ਕੋਲ ਇਹ ਸਾਰੇ ਪੁਆਇੰਟ ਆਊਟ ਕਰਾਂਗੇ ਕਿ ਇੱਥੇ ਇੱਥੇ ਕਮੀ ਆ, ਇੱਥੇ ਕੰਮ ਕਰਨ ਦੀ ਲੋੜ ਆ। ਇਹ ਅਫਸਰ ਨੇ ਜਿਹੜੀ ਪੋਲਿਸੀ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ, ਉਸ ਨੂੰ ਲਾਗੂ ਕਰਾਉਣ ਵਾਸਤੇ ਸਰਕਾਰ ਦੇ ਧਿਆਨ 'ਚ ਲੱਗ ਕੇ ਜਿੰਨੇ ਵੀ ਇਹ ਕਮੀਆਂ ਆਈਆਂ ਉਹ ਕਮੀਆਂ ਸਾਰੀਆਂ ਸਰਕਾਰ ਦੇ ਧਿਆਨ 'ਚ ਲੈ ਕੇ ਅਸੀਂ ਉਹਨੂੰ ਲਾਗੂ ਕਰਾਵਾਂਗੇ। ਇਸ ਦੇ ਨਾਲ ਹੀ ਜਿਹੜਾ ਸਾਡਾ 12% ਕੋਟਾ, ਅਸੀਂ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਉਹਨੂੰ 27% ਕੀਤਾ ਜਾਵੇ, ਕਿਉਂਕਿ ਜਿਹੜਾ ਮੰਡਲ ਕਮਿਸ਼ਨ ਆ ਉਹਦੇ ਮੁਤਾਬਕ ਪਛੜੀਆਂ ਜਾਤੀਆਂ ਦੀ ਸਾਡੀ ਜਿਹੜੀ ਆਬਾਦੀ ਆ 40% ਆਬਾਦੀ ਆ ਅਤੇ ਰਿਜ਼ਰਵੇਸ਼ਨ 12% ਬੜੀ ਘੱਟ ਆ, ਉਹ 27% ਚਾਹੀਦੀ ਆ। ਅਸੀਂ ਉਹਨੂੰ 27% ਕਰਾਉਣ ਵਾਸਤੇ ਵੀ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ। ਸਾਡੀ ਸਰਕਾਰ ਆ ਵੀ ਜਿਹੜੀ ਮੁਲਾਜ਼ਮਾਂ ਦੀ ਜਿਹੜੀ ਭਰਤੀ ਆ ਰੈਗੂਲਰ ਹੋਣੀ ਚਾਹੀਦੀ, ਕੰਟਰੈਕਟ ਦੇ ਬੰਦੇ ਕਰਕੇ ਬਾਅਦ 'ਚ ਉਹਨੂੰ ਜ਼ਰੂਰ ਕਰਨਾ, ਛੋਟੀਆਂ ਛੋਟੀਆਂ ਤਨਖਾਹਾਂ ਉੱਤੇ ਬੰਦਿਆਂ ਨੂੰ ਕਰਨਾ। ਜਿਹੜੇ ਹੁਣ ਭਰਤੀ ਕੀਤੇ ਆ, ਘੱਟੋ ਘੱਟ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਬਣੀ ਹੋਈ ਆ ਜਿਹੜੀ ਉਹ 'ਤੇ 12% ਜਿਹੜੀ ਸ਼ਡਿਊਲ ਹੈਗੇ ਬੈਕਵਰਡ ਕਲਾਸ ਦੀ, ਹੈਂਡੀਕੈਪ ਜੋ ਕੁਛ ਵੀ ਹੈਗਾ ਉਹ 'ਤੇ ਇਨਸਾਫ ਮਿਲਣਾ ਚਾਹੀਦਾ। ਅਤੇ ਆਹ ਇਸ਼ਤਿਹਾਰ ਵੱਡੇ ਵੱਡੇ ਦੇਖ ਅਖਬਾਰਾਂ 'ਚ ਜ਼ਰੀਰ ਕਰਨਾ, ਲੋਕਾਂ ਨੂੰ ਬਾਅਦ 'ਚ ਉਹਨਾਂ ਦੇ ਇੰਪਲੀਮੈਂਟਰਾਂ ਕਰਨਾ, ਇਹ ਸਾਨੂੰ ਅਫਸਰਸ਼ਾਹੀ 'ਤੇ ਸਾਨੂੰ ਬਹੁਤ ਜ਼ਿਆਦਾ ਇਸ ਗੱਲ 'ਤੇ। ਖਰੜ ਤੋਂ ਡੇਵਿਡ ਵਰਮਾ ਦੀ ਰਿਪੋਰਟ, ਚੈਨਲ 2।